ਜੀ ਅੱਜ ਆਪਾਂ ਖੇਤ ਆਏ ਹਾਂ, ਕਣਕ ਵੱਢਣ ਦੀ ਤਿਆਰੀ ਆ ਆਪਣੀ। ਕਣਕ ਆਪਣੀ ਪੱਕ ਚੁੱਕੀ ਹਨ ਵਧੀਆ, ਅਪ੍ਰੈਲ 17 ਹੋ ਗਈ ਅੱਜ, ਅਤੇ ਵੱਢਣ ਵਾਸਤੇ ਆਪਾਂ ਕੰਬਾਈਨ ਮੰਗਾ ਲਈ ਆ, ਟਰਾਲੀ ਦੀ ਵੇਟ ਕਰ ਰਹੇ ਹਾਂ। ਜਿਵੇਂ ਟਰਾਲੀ ਆਊਗੀ ਕਣਕ ਵੱਢਾਂਗੇ ਆਪਾਂ। ਵੈਸੇ ਤਾਂ ਕੰਬਾਈਨ ਚੱਲ ਰਹੀ ਆ ਪਰ ਆਪਣੀ ਵਾਰੀ ਦੀ ਵਾਲੇ ਵੇਟ ਆ, ਉਸ ਤੋਂ ਬਾਅਦ ਆਪਾਂ ਕਰਦੇ ਹਾਂ ਸਟਾਰਟ। ਮੈਂ ਪਹਿਲੀ ਵਾਰੀ ਦੇਖ ਰਿਹਾ ਪ੍ਰੋਸੈਸ, ਸੋ ਮੈਂ ਦੇਖਿਆ ਕਿ ਮੈਂ ਤੁਹਾਨੂੰ ਵੀ ਜਾਣੂ ਕਰਾ ਦਾਂ ਚੀਜ਼ ਨਾਲ ਕਿਵੇਂ ਕਣਕ ਵੱਢੀ ਜਾਂਦੀ ਆ। ਹੈ ਜੀ, ਆਓ ਦੇਖਦੇ ਹਾਂ ਫਿਰ ਆਪਾਂ। ਅਤੇ ਲਓ ਜੀ, ਕਣਕ ਆਪਣੀ ਪੱਕ ਚੁੱਕੀ ਆ, ਤੁਸੀਂ ਦੇਖ ਸਕਦੇ ਹੋ ਸੁਨਹਿਰੀ ਰੰਗ ਦੀ ਆਪਣੀ ਕਣਕ ਜੋ ਕਿ ਪੱਕੀ ਖੜ੍ਹੀ ਆ। ਤੁਹਾਨੂੰ ਮੈਂ ਦਿਖਾਉਂਦਾ ਵੀ ਕਣਕ ਦੇ ਵਿੱਚ ਦਾਣੇ ਕਿੱਦਾਂ ਨਿਕਲਦੇ ਆ। ਆਹ ਮੈਂ ਬੱਲੀ ਤੋੜ ਲਈ ਕਣਕ ਦੀ, ਅਤੇ ਭੋਰ ਕੇ ਤੁਹਾਨੂੰ ਦਿਖਾਉਂਦਾ ਵੀ ਕਣਕ ਦੇ ਦਾਣੇ ਜਿਹੜੇ ਕਿ ਤਿਆਰ ਹੋ ਚੁੱਕੇ ਆ ਪੂਰੇ, ਤੁਸੀਂ ਦੇਖ ਸਕਦੇ ਹੋ। ਆ ਬਸ ਭੁਰ ਗਏ, ਆਹ ਦੇਖੋ ਦਾਣੇ ਤੁਹਾਨੂੰ ਦਿਖ ਰਹੇ ਹੋਣਗੇ ਵਿੱਚ, ਥੋੜ੍ਹਾ ਜਿਹਾ ਬੂਰਾ ਅਤੇ ਨਾਲ ਦਾਣੇ ਹੈਗੇ ਆ। ਇੱਕ ਮਿੰਟ ਫੂਕ ਮਾਰ ਕੇ ਦਿਖਾਉਂਦਾ ਤੁਹਾਨੂੰ ਮੈਂ। ਉਹ ਸਾਰੇ ਕੁਛ ਉੱਡ ਗਿਆ, 3 ਕੁ ਦਾਣੇ ਬਚੇ ਆ। ਦੇਖੋ 3 ਦਾਣੇ ਕਣਕ ਦੇ, ਇਹ ਤੋਂ ਬਣਦਾ ਆਟਾ। ਉਹ ਜੀ ਕੰਪੈਨ ਆਪਣੇ ਖੇਤ 'ਚ ਆ ਚੁੱਕੀ ਆ, ਅਤੇ ਤੁਸੀਂ ਦੇਖੋ ਵੀ ਜਿਹੜੀ ਕੰਪੈਨ ਹੁੰਦੀ ਆ ਨਾ, ਇਹ ਅਗਲੇ ਪਾਸੇ ਤੋਂ ਕਣਕ ਨੂੰ ਵੱਢ ਕੇ ਆਪਣੇ ਅੰਦਰ ਲੈ ਜਾਂਦੀ ਆ, ਅਤੇ ਉਸ ਤੋਂ ਬਾਅਦ ਜਿਹੜੇ ਦਾਣੇ ਆ ਉਹ ਤਾਂ ਮਸ਼ੀਨ ਦੇ ਵਿੱਚ ਹੀ ਰਹਿ ਜਾਂਦੇ ਆ, ਪਰ ਜਿਹੜਾ ਰੈਸੀਡਿਊ ਹੁੰਦਾ ਬਾਕੀ ਮਟੀਰੀਅਲ ਹੁੰਦਾ ਬੂਟੇ ਦਾ, ਉਹ ਪਿੱਛੇ ਕੱਢ ਦਿੰਦੀ ਆ ਆਪਦੇ। ਅਤੇ ਬਾਅਦ 'ਚ ਕੀ ਹੁੰਦਾ, ਜਿਹੜਾ ਮਟੀਰੀਅਲ ਪਿੱਛੇ ਬਚਿਆ ਹੁੰਦਾ, ਤੂੜੀ ਵਾਲੀ ਇੱਕ ਮਸ਼ੀਨ ਆਉਂਦੀ ਆ ਜਿਹੜੀ ਕਿ ਉਹਨੂੰ ਹੋਰ ਬਰੀਕ ਕਰਕੇ ਤੂੜੀ ਬਣਾ ਦਿੰਦੀ ਆ। ਅਤੇ ਤੂੜੀ ਤੁਹਾਨੂੰ ਪਤਾ ਹੋਊਗਾ ਆਪਾਂ ਪਸ਼ੂ ਨੂੰ ਖਿਲਾਉਂਦੇ ਹਾਂ, ਸਨੀਚਰ ਲਾ ਕੇ ਉਹਨਾਂ ਦਾ ਇੱਕ ਦਿਨ ਦੀ ਡਾਇਟ ਆ ਪਸ਼ੂਆਂ ਦੀ, ਜੋ ਕਿ ਬਹੁਤ ਵਧੀਆ ਹੁੰਦੀ ਆ। ਆਹ ਦੇਖੋ ਜਿਹੜਾ ਸਮਾਨ ਬਚ ਗਿਆ, ਬਾਕੀ ਦਾਣੇ ਦਾਣੇ ਅੰਦਰ ਰਹਿ ਗਏ, ਇਹ ਮਸ਼ੀਨ ਦਾ ਪਿਛਲਾ ਹਿੱਸਾ, ਜਿੱਥੋਂ ਕਿ ਜੋ ਸਮਾਨ ਬਚ ਗਿਆ ਉਹ ਸਾਰਾ ਪਿੱਛੇ ਨਿਕਲ ਜਾਂਦਾ ਅਤੇ ਜ਼ਮੀਨ 'ਚ ਹੀ ਰਹਿ ਜਾਂਦਾ। ਦਾਣੇ ਇਕੱਠੇ ਹੋ ਜਾ ਰਹੇ ਆ, ਜਦੋਂ ਇਹ ਭਰ ਜੂਗਾ ਤਾਂ ਇਹ ਇੰਟੀਮੇਟ ਕਰ ਦੂਗਾ ਭਾਈ ਮਸ਼ੀਨ ਭਰ ਗਈ ਆ, ਟਰਾਲੀ ਟਰੂਲੀ ਲਿਆਓ ਆਪਦੇ ਦਾਣੇ ਜਮ੍ਹਾਂ ਕਰਵਾਓ। ਜਿਹੜਾ ਸਾਈਡ 'ਤੇ ਤੁਹਾਨੂੰ ਦਿਖ ਰਿਹਾ ਪੈਪ ਜਿਹਾ, ਇਹ 'ਚ ਦਾਣੇ ਨਿਕਲਣਗੇ ਜਦੋਂ ਭਰ ਗਈ ਮਸ਼ੀਨ। ਲਓ ਜੀ, ਭਰ ਚੁੱਕੀ ਆ ਮਸ਼ੀਨ, ਅਤੇ ਦਾਣੇ ਟਰਾਲੀ ਤਿਆਰ ਹੋ ਗਈ ਦਾਣੇ ਪਾਉਣ ਵਾਸਤੇ। ਅਤੇ ਹੁਣ ਦੇਖਿਓ ਚੱਲਦੀ ਮੋਟਰ, ਆਹ ਚੱਕੋ, ਇਹ ਜਿਹੜੇ ਕਣਕ ਦੇ ਦਾਣੇ ਆ ਸਾਰੇ ਟਰਾਲੀ 'ਚ ਪੈ ਜਾਣਗੇ, ਅਤੇ ਟਰਾਲੀ ਆਪਣੀ ਭਰ ਜੂਗੀ। ਜੋ ਟਰਾਲੀ ਭਰ ਗਈ ਫਿਰ ਆਪਾਂ ਇਕੱਠੀ ਕਰਕੇ ਸਾਰੀ ਕਣਕ ਮੰਡੀ ਵੇਚ ਆਵਾਂਗੇ। ਕਣਕ ਦਾ ਰੇਟ ਚੱਲ ਰਿਹਾ ਜੋ ਪੰਜਾਬ 'ਚ 1840 ਰੁਪਏ ਕੁਇੰਟਲ ਚੱਲ ਰਿਹਾ ਇਸ ਟਾਈਮ। ਅਤੇ ਆਹ ਬੰਦੇ ਦਾਤੀ ਨਾਲ ਕੀ ਕਰੀ ਜਾਂਦੇ ਆ, ਤੁਸੀਂ ਹੈਰਾਨ ਹੋਵੋਗੇ ਵੀ ਜਦੋਂ ਕੰਪੈਨ ਚੱਲ ਰਹੀ ਆ ਫਿਰ ਦਾਤੀ ਨਾਲ ਕਣਕ ਕਿਉਂ ਵੱਢੀ ਜਾਂਦੇ ਆ। ਇਹ ਚੱਕਰ ਕੀ ਹੁੰਦਾ ਕਿ ਕਈ ਵਾਰੀ ਕੰਪੈਨ ਜਿਹੜੀ ਆ ਕੁਛ ਕੁ ਹਿੱਸਿਆਂ 'ਚ ਨਹੀਂ ਪਹੁੰਚ ਸਕਦੀ ਜ਼ਮੀਨ 'ਚ, ਜਿਵੇਂ ਕੋਈ ਖੰਭਾ ਆ ਗਿਆ, ਜਾਂ ਕਈ ਵਾਰ ਜਿੱਥੇ ਇਹਦੀ ਕੰਪੈਨ ਦੀ ਮਾਰ ਨਹੀਂ ਪੈਂਦੀ, ਫਿਰ ਉੱਥੋਂ ਦਾਤੀ ਨਾਲ ਵੱਢ ਕੇ ਜਿਹੜੇ ਕਿ ਕੰਪੈਨ ਦੇ ਅੱਗੇ ਸਿੱਟਦੇ ਜਾਂਦੇ ਆ ਬੂਟੇ, ਕਿਉਂਕਿ ਕਣਕ ਤਾਂ ਪਾਉਣ ਕਰਨੀ ਆ। ਆਹ ਕਣਕ ਹੋ ਗਈ ਜੀ ਤਿਆਰ ਆਪਣੀ, ਠੀਕ ਆ ਜੀ, ਕਰ ਦਿਓ ਸਬਸਕ੍ਰਾਈਬ, ਛੇਤੀ ਛੇਤੀ ਚੱਕ ਦਿਓ ਫੋਟੋ।